ਇਹ ਸਾਨੂੰ ਹੁਣੇ ਹੁਣੇ ਇਤਲਾਹ ਮਿਲੀ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਜੋ ਇਹ ਫੈਕਟਰੀ ਲੱਗੀ ਹੋਈ ਹੈ ਕੋਈ ਇੱਥੇ ਥਰਮੋਕੋਲ ਵਗੈਰਾ ਦੀ ਉੱਥੇ ਕੋਈ ਬਲਾਸਟ ਹੋਣ ਦੀ ਸਾਨੂੰ ਇਤਲਾਹ ਮਿਲੀ ਸੀ ਜੋ ਆਕੇ ਅਸੀਂ ਵੈਰੀਫਾਈ ਕੀਤਾ ਮੁੱਢਲੇ ਫੈਕਟ ਤੋਂ ਇਹ ਇਹਨਾਂ ਦੀ ਜਿਹੜੀ ਸਟੀਮ ਬਣਦੀ ਹੈ ਕੋਈ ਜਿਹੜੀ ਮਤਲਬ ਇਹਨਾਂ ਦਾ ਕੋਈ ਸਿਲੰਡਰ ਟਾਈਪ ਆ ਜਿਹਦੇ ਨਾਲ ਇਹ ਥਰਮੋਕੋਲ ਤਿਆਰ ਕਰਦੇ ਨੇ ਉਹ ਓਵਰਹੀਟ ਹੋਣ ਨਾਲ ਉਹਦਾ ਉਹ ਸਵੇਰੇ ਸਵੇਰ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲੇ ਤੋਂ ਜਿੱਥੇ ਇੱਕ ਥਰਮੋਕੋਲ ਫੈਕਟਰੀ ਵਿੱਚ ਬਲਾਸਟ ਹੋਣ ਦੇ ਚੱਲਦੇ ਵੱਡਾ ਨੁਕਸਾਨ ਹੋਇਆ ਹੈ ਦੱਸਣਾ ਬਣਦਾ ਹੈ ਕਿ ਫੈਕਟਰੀ ਵਿੱਚ ਕੰਮ ਕਰਦੇ ਦੋ ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੁਸੀਂ ਵੇਖ ਰਹੇ ਹੋ ਫੈਕਟਰੀ ਦੇ ਅੰਦਰ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਬਲਾਸਟ ਹੋਣ ਤੋਂ ਬਾਅਦ ਫੈਕਟਰੀ ਦਾ ਜੋ ਹਾਲ ਹੋਇਆ ਹੈ ਗਨੀਮਤ ਇਹ ਰਹੀ ਕਿ ਇਸ ਬਲਾਸਟ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਮਜ਼ਦੂਰ ਜ਼ਖਮੀ ਹੋ ਗਏ ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਸਾਨੂੰ ਹੁਣੇ ਹੁਣੇ ਇਤਲਾਹ ਮਿਲੀ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਜੋ ਇਹ ਫੈਕਟਰੀ ਲੱਗੀ ਹੋਈ ਹੈ ਕੋਈ ਇੱਥੇ ਥਰਮੋਕੋਲ ਵਗੈਰਾ ਦੀ ਉੱਥੇ ਕੋਈ ਬਲਾਸਟ ਹੋਣ ਦੀ ਸਾਨੂੰ ਇਤਲਾਹ ਮਿਲੀ ਸੀ ਜੋ ਆ ਕੇ ਅਸੀਂ ਵੈਰੀਫਾਈ ਕੀਤਾ ਮੁੱਢਲੇ ਫੈਕਟ ਤੋਂ ਇਹ ਇਹਨਾਂ ਦੀ ਜਿਹੜੀ ਸਟੀਮ ਬਣਦੀ ਹੈ ਕੋਈ ਜਿਹੜੀ ਮਤਲਬ ਇਹਨਾਂ ਦਾ ਕੋਈ ਸਿਲੰਡਰ ਟਾਈਪ ਆ ਜਿਹਦੇ ਨਾਲ ਇਹ ਥਰਮੋਕੋਲ ਤਿਆਰ ਕਰਦੇ ਨੇ ਉਹ ਓਵਰਹੀਟ ਹੋਣ ਨਾਲ ਉਹਦਾ ਉਹ ਫਟ ਗਿਆ ਸਿਲੰਡਰ ਜਿਹਦੇ ਵਿੱਚ ਇਹਨਾਂ ਦੇ ਹੁਣ ਇਹਨਾਂ ਤੋਂ ਪੁੱਛਗਿੱਛ ਦੇ ਪਤਾ ਲੱਗਿਆ ਵੀ ਦੋ ਵਰਕਰ ਉਹਦੇ 'ਚ ਇੰਜਰਡ ਹੋਏ ਨੇ ਜੋ ਰਜਿੰਦਰਾ ਹਸਪੀਟਲ ਪਟਿਆਲਾ ਭੇਜ ਦਿੱਤੇ ਗਏ ਨੇ ਜੋ ਵੀ ਅੱਗੇ ਉਹਨਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਇਹਨਾਂ ਕੀਤੀ ਜਾਊਗੀ नहीं जी फिलहाल असं वेरीफाई कर रहे हैं जी जो भी है लीगली चल रहा इलीगल है जो भी हाँ जी हाँ मालिक इतने प्रेजेंट है जी जस्ट हुणी इनफॉर्मेशन मिली है जी हजे थोड़े मूहरी मैं पहुंचा तो सारा कुछ छानबीन करके प्रॉपर कानूनी कार्रवाई की जाऊगी हालात देखो पहुंचे लगता है।